ਪੁਕਾਰ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਮਾਨਵਤਾ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮੇਰੀ ਮੁਰਾਦ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦਾ ਜਨਮ 4 ਜੂਨ 1904 ਨੂੰ ਪਿੰਡ ਰਾਜੇਵਾਲ ਵਿਖੇ ਰਹਾਣੋ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਉਹਨਾਂ ਦਾ ਬਚਪਨ ਦਾ ਨਾਮ RAM ਜੀ ਦਾਸ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼ਿੰਬੂ ਮਲ ਸ਼ਾਹੂਕਾਰ ਸੀ ਮਾਤਾ ਜੀ ਦਾ ਨਾਂ ਮਹਿਤਾਬ ਕੌਰ ਸੀ ਦੀਨ ਦੁਨੀਆ ਦੇ ਰਹਿਬਰ ਮਾਨਵਤਾ ਦੇ ਭਲੇ ਹਿੱਤ ਮਹਾਨ ਦਾਰਸ਼ਨਿਕ ਬੇਸਹਾਰਿਆਂ ਦੇ ਮਸੀਹਾ ਭਗਤ ਪੂਰਨ ਸਿੰਘ ਜੀ ਨੂੰ ਬਚਪਨ ਤੋਂ ਹੀ ਸੇਵਾ ਕਰਨ ਦਾ ਸ਼ੌਂਕ ਸੀ ਗਰੀਬੀ ਕਰਕੇ ਪੜ੍ਹਾਈ ਵਿੱਚ ਹੀ ਛੱਡਣੀ ਪਈ ਤੇ ਨੌਕਰੀ ਦੀ ਭਾਲ ਵਿੱਚ ਮਾਤਾ ਨਾਲ ਲਾਹੌਰ ਜਾਣਾ ਪਿਆ ਭਗਤ ਪੂਰਨ ਸਿੰਘ ਜੀ ਹਿੰਦੂ ਪਰਿਵਾਰ ਵਿੱਚੋਂ ਸਨ ਤੇ ਬਚਪਨ ਦਾ ਨਾਂ ਰਾਮ ਜੀ ਦਾਸ ਸੀ ਗੁਰਦੁਆਰਾ ਡੇਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ लाचार ਲਵਾਰਸ ਰੋਗਿਆਂ ਦੀ ਸੇਵਾ ਸੰਭਾਲ ਤੇ ਉਹਨਾਂ ਨੂੰ ਰਾਮਜੀ ਦਾਸ ਤੋਂ ਭਗਤਪੂਰਨ ਜੀ ਬਣਾ ਦਿੱਤਾ ਮਨੁੱਖਤਾ ਦੀ ਸੇਵਾ ਆਪ ਨੇ ਸਨ 1934 ਚ 4 ਸਾਲ ਦਾ ਬੱਚਾ ਪਿਆਰਾ ਸਿੰਘ ਦੀ ਸੇਵਾ ਤੋਂ ਸ਼ੁਰੂ ਕੀਤਾ ਇਸ ਅਪੰਗ ਬੱਚੇ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਡਿਊਟੀ ਅੱਗੇ ਕੋਈ ਚੋਰੀ ਛੱਡ ਗਿਆ ਸੀ ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿਬੜਿਆ ਜਿਸ ਕਰਕੇ ਉਸ ਬੱਚੇ ਦਾ ਨਾਂ ਪਿਆਰਾ ਸਿੰਘ ਪੈ ਗਿਆ ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਜੀ ਉਸ અપੰਗ ਬੱਚੇ ਨੂੰ 18 ਅਗਸਤ 1947 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਰਨਾਰਥੀ ਕੈਂਪ ਵਿੱਚ ਲੈ ਕੇ ਪਹੁੰਚੇ ਜਿੱਥੇ 25000 ਦੇ ਕਰੀਬ ਮਰਦ ਔਰਤਾਂ ਬੱਚੇ ਸਨ ਆਪਾਜਾਂ ਦੀ ਸੇਵਾ ਸੰਭਾਲ ਕੱਪੜੇ ਧੋਣ ਉਹਨਾਂ ਨੂੰ ਨਹਾਉਣ ਤੋਂ ਇਲਾਵਾ ਭਗਤ ਜੀ ਇਕੱਲੇ ਹੀ ਦੋਵੇਂ ਵੇਲੇ ਘਰਾਂ ਵਿੱਚੋਂ ਪ੍ਰਸ਼ਾਦੇ ਮੰਗ ਕੇ ਲਿਆਇਆ ਕਰਦੇ ਸੀ ਤੇ ਸਭ ਨੂੰ ਵਰਤੋਂਦੇ ਸੀ 1949 ਤੋਂ 58 ਤੱਕ ਫੁੱਟਪਾਤਾਂ ਰੁੱਖਾਂ ਦੀ ਛਾਵੇਂ ਕਦੇ ਖਾਲਸਾ ਕਾਲਜ ਕਦੇ ਰੇਲਵੇ ਸਟੇਸ਼ਨ ਕਦੇ ਚੀਵ ਖਾਲਸਾ ਦਵਾਨ ਦੇ ਕੋਲ ਝੌਂਪੜੀਆਂ ਬਣਾ ਕੇ ਪੀੜਤ ਲੋਕਾਂ ਦੀ ਸੇਵਾ ਸੰਭਾਲ ਕੀਤੀ 1958 ਵਿੱਚ ਅੰਮ੍ਰਿਤਸਰ ਵਿਖੇ ਥਾਂ ਮੁੱਲ ਖਰੀਦ ਕੇ ਭਗਤ ਜੀ ਨੇ ਪਿੰਗਲਵਾੜਾ ਦੀ ਨੀਂ ਰੱਖੀ ਜਿੱਥੇ ਮਾਨਸਿਕ ਲਵਾਰਸ ਰੋਗੀਆਂ ਲੁੱਲੇ ਲੰਗੜਿਆਂ ਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਣ ਲੱਗੀ ਇਹੇ ਆਸ਼ਰਮ ਜੋ ਕੁਝ ਕੁ ਮਰੀਜ਼ਾਂ ਨੂੰ ਲੈ ਕੇ ਭਗਤ ਜੀ ਨੇ ਸ਼ੁਰੂ ਕੀਤਾ ਸੀ ਅੱਜ ਹਜ਼ਾਰਾਂ ਤੋਂ ਵੱਧ ਮਰੀਜ਼ਾਂ ਦੇ ਸੁੱਖਾਂ ਦਾ ਸਾਧਨ ਹੈ ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜਾ ਸਥਾਪਿਤ ਕਰਕੇ ਬੇਸ਼ੁਹਾਰਾਂ ਅਪਾਹਜਾਂ ਅਪੰਗਾਂ ਤੇ ਮਹਾਨ ਪਰ ਉਪਕਾਰ ਕੀਤਾ ਹੈ ਭਗਤ ਪੂਰਨ ਸਿੰਘ ਜੀ ਨੂੰ 1981 ਚ ਪਦਮਸ਼੍ਰੀ ਅਵਾਰਡ ਦੇ ਨਾਲ 1990 ਚ ਹਰਮਨੀ ਅਵਾਰਡ ਦੇ ਨਾਲ 1991 ਚ ਲੋਗ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ 1984 ਚ ਸ਼੍ਰੀ ਦਰਬਾਰ ਸਾਹਿਬ ਤੇ ਹਕੂਮਤ ਦੇ ਹਮਲੇ ਦੇ ਵਿਰੁੱਧ ਆਪ ਜੀ ਨੇ ਮਿਲਿਆ ਇਹ ਪਦਮਸ਼੍ਰੀ ਅਵਾਰਡ ਵਾਪਸ ਕਰ ਦਿੱਤਾ ਭਾਈ ਕਨੀਆ ਜੀ ਅਵਾਰਡ ਕਮੇਟੀ ਵੱਲੋਂ ਪਹਿਲਾ ਭਾਈ ਕਨੀਆ ਅਵਾਰਡ ਭਗਤਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਜੀ ਨੂੰ ਅਕਾਲ ਚਲਾਣਾ ਕਰਨ ਉਪਰੰਤ 4 ਅਕਤੂਬਰ 1995 ਨੂੰ ਦਿੱਤਾ ਗਿਆ ਜੋ ਡਾਕਟਰ ਇੰਦਰਜੀਤ ਕੋਰ ਮੌਜੂਦਾ ਮੁਖੀ ਨੇ ਪ੍ਰਾਪਤ ਕੀਤਾ ਆਪ ਸਭ ਨੂੰ ਇਸ ਮਹਾਨ ਸ਼ਖਸੀਅਤ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਨਾਲ ਹੀ ਆਪ ਜੀ ਇਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਪ੍ਰੇਰਣਾ ਲੈ ਕੇ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ